أعوذ بالله من الشيطان الرجيم بسم الله الرحمن الرحيم لقد من الله على المؤمنين إذ بعث فيهم رسولا صدق الله العظيم एक बारी मोहब्बत नाल कहो सुभान अल्लाह। मैं भाई उस्मान साहब मासरत माजरत की दिन रात हजूर दी माफना गला ना साज सिर्फ दो इशार मनकबत मौला कैनात दी बारगाह दे विच पेश करके अपनी हाजिरी नूं कामिल करांगा। एक बारी बावा ज़िबलन दरूद पाक दा नजराना पेश करो। सलातु वस्सलाम अलैका या सैयदी या रसूल अल्लाह वाला आलिका वा सहाबिका या सैयदी या हबीब अल्लाह सलातु वस्सलाम अलैका या नबी अल्लाह सलातु वस्सलाम अलैका या मुहम्मद रसूल अल्लाह। पूछ नबी को लो अली दिया शाना तो अली को लो क्यों सड़ना है ओए दस क्यों सड़ना है कुछ नबी को लो अली दिया शाना तो अली को लो क्यों सड़ना है ओए दस क्यों सड़ना है गल दिल वाली दस बेईमाना तू अली कोलो क्यों सड़ना है ओए दस क्यों सड़ना है गल दिल वाली दस बेईमाना तू अली कोलो क्यों सड़ना है ओए दस क्यों सड़ना है दमाद नबी ते शेर जलेदा मिट नहीं सकना नाम अलेदा अली रहना जदों तकड़े अजाना तू अली कोलो क्यों सड़ना है ओए दस क्यों सड़ना है पूछ नबी कोलो अली दिया शाना तू अली कोलो क्यों सड़ना है ओए दस क्यों सड़ना है हैदर तो के बखरे होना चार दिना तूएं परौना हैदर तो के बखरे होना चार दिना तूएं परौना जिद होती नहीं हो चंगी बेईमाना तू अली कोलो क्यों सड़ना है ओए दस क्यों सड़ना है कुछ नबी कोलो अली दिया शाना तू अली कोलो क्यों सड़ना है ओए दस क्यों सड़ना है रुतबे सोने लजे पाले अली दे ओवी है सन लाले अली दे रुतबे सोने लजे पाले अली दे ओवी है सन लाले अली दे जिन्ना दितियां सी कर बल जाना तू अली
ਕੋਲੋਂ ਕਿਉਂ ਸੜਨਾ ਓਏ ਦੱਸ ਕਿਉਂ ਸੜਨਾ ਪੁੱਛ ਨਬੀ ਕੋਲੋਂ ਅਲੀ ਦੀ ਅਸ਼ਾਨਾ ਤੂੰ ਅਲੀ ਕੋਲੋਂ ਕਿਉਂ ਸੜਨਾ ਓਏ ਦੱਸ ਕਿਉਂ ਸੜਨਾ ਇੱਕ ਵਾਰੀ ਮੁਹੱਬਤ ਨਾਲ ਕਹੋ ਸੁਭਾਨ ਅੱਲਾਹ ਕਰਨ ਬਿਆਨ ਜੋ ਫਾਤੇ ਖੈਬਰ ਕਰਨ ਬਿਆਨ ਜੋ ਫਾਤੇ ਖੈਬਰ ਜਿਹੜੀਆਂ ਕਰਦੀਆਂ ਹੈਦਰ ਹੈਦਰ ਜਿਹੜੀਆਂ ਕਰਦੀਆਂ ਹੈਦਰ ਹੈਦਰ ਤੈਨੂੰ ਬਾਂਦੀਆਂ ਨੇ ਕਿਉਂ ਜ਼ੁਬਾਨਾ ਤੂੰ ਅਲੀ ਕੋਲੋਂ ਕਿਉਂ ਸੜਨਾ ਓਏ ਦੱਸ ਕਿਉਂ ਸੜਨਾ ਪੁੱਛ ਨਬੀ ਕੋਲੋਂ ਅਲੀ ਦੀਆਂ ਸ਼ਾਨਾ ਤੂੰ ਅਲੀ ਕੋਲੋਂ ਕਿਉਂ ਸੜਨਾ ਓਏ ਦੱਸ ਕਿਉਂ ਸੜਨਾ ਨਾਰਾ ਤਕਬੀਰ ਜਿਸ ਬੰਦੇ ਚ ਹਾਲੀ ਕੋਈ ਸਾਹ ਤੇ ਮੁਹੱਬਤ ਨਾਲ ਨਾਰਾ ਤਕਬੀਰ ਨਾਰਾ ਰਿਸਾਲਤ ਨਾਰਾ ਰਿਸਾਲਤ ਨਾਰਾ ਤਹਕੀਕ ਨਾਰਾ ਹੈਦਰੀ ਬਾਈ ਨੇ ਹੁਕਮ ਦਿੱਤਾ ਮੈਂ ਸ਼ੇਰ ਪੇਸ਼ ਕਰ ਦਿੰਦਾ ਕਿ ਬਿਲਾ ਆਸਿਫ ਬਾਈ ਕਿ ਮੈਂ ਮਰ ਸਕਤਾ ਹੂੰ ਲੇਕਿਨ ਯੇ ਬਗਾਵਤ ਕਰ ਨਹੀਂ ਸਕਤਾ ਜਿਹੜਾ ਬੰਦਾ ਜਾਗਦ ਹੋਇਆ ਮੈਂ ਮਰ ਸਕਤਾ ਹੂੰ ਲੇਕਿਨ ਯੇ ਬਗਾਵਤ ਕਰ ਨਹੀਂ ਸਕਤਾ ਅਬੂ ਤਾਲਿਬ ਕੇ ਦੁਸ਼ਮਨ ਸੇ ਮੁਹੱਬਤ ਕਰ ਨਹੀਂ ਸਕਤਾ ਮੈਂ ਮਰ ਸਕਤਾ ਹੂੰ ਲੇਕਿਨ ਯੇ ਬਗਾਵਤ ਕਰ ਨਹੀਂ ਸਕਤਾ ਅਬੂ ਤਾਲਿਬ ਕੇ ਦੁਸ਼ਮਨ ਸੇ ਮੁਹੱਬਤ ਕਰ ਨਹੀਂ ਸਕਤਾ ਔਰ ਮੁਸੱਲਾ ਇਮਾਮਤ ਪਰ ਅਬੂ ਤਾਲਿਬ ਕਾ ਦੁਸ਼ਮਨ ਹੋ ਕਿਸੀ ਸੂਰਤ ਅਦਾ ਹੱਕੇ ਇਮਾਮਤ ਕਰ ਨਹੀਂ ਸਕਤਾ ਕਿਸੀ ਸੂਰਤ ਅਦਾ ਹੱਕੇ ਇਮਾਮਤ ਕਰ ਨਹੀਂ ਸਕਤਾ ਔਰ ਸ਼ੇ ਸੁਣਾ ਕਿ ਇਸ਼ਕੇ ਅਬੂ ਤੁਰਾਬ ਕਜ਼ਾ ਕਰ ਰਹੇ ਹੈ ਲੋਕ ਇਸ਼ਕੇ ਅਬੂ ਤੁਰਾਬ ਕਜ਼ਾ ਕਰ ਰਹੇ ਹੈ ਲੋਕ ਕਿਸ ਬਾਤ ਕੀ ਨਮਾਜ਼ ਅਦਾ ਕਰ ਰਹੇ ਹੈ ਲੋਕ ਕਿਸ ਬਾਤ ਕੀ ਨਮਾਜ਼ ਅਦਾ ਕਰ ਰਹੇ ਹੈ ਲੋਕ ਔਰ ਜੰਨਤ ਕੇ ਵਾਰਸੋ ਸੇ ਅਦਾਵਤ ਕੇ ਬਾਵਜੂਦ ਜੰਨਤ ਮੇ ਦਾਖਲੇ ਕੀ ਦੁਆ ਕਰ ਰਹੇ ਹੈ ਲੋਕ ਜੰਨਤ ਕੇ ਵਾਰਸੋ ਸੇ ਅਦਾਵਤ ਕੇ ਬਾਵਜੂਦ ਜੰਨਤ ਮੇ ਦਾਖਲੇ ਕੀ ਦੁਆ ਕਰ ਰਹੇ ਹੈ ਲੋਕ ਯਕੀਨਨ ਸ਼ਹਿਰ ਜੰਗ ਦਾ ਬਹੁਤ ਬੜਾ ਨਾਮ ਮੇਰੀ ਮੁਰਾਦ ਮੇਰੇ ਬੜੇ ਭਾਈ ਮੋਹਤਰਮ ਜਨਾਬ ਆਸਿਫ ਅਲੀ ਚਿਸ਼ਤੀ ਸਾਹਿਬ ਮਸਰੂਫ ਔਰ ਮਾਰੂਫ ਸ਼ਖਸੀਅਤ ਬੜੇ ਅੱਛਾ ਪੜ੍ਹਨ ਵਾਲੇ ਨੇ ਮੇਰਾ ਦਿਲ ਮੰਨਦਾ ਕਿ ਇਹਨਾਂ ਦੀ ਤਬੀਅਤ ਅਲੱਗ ਹੀ ਤੇ ਜਿਹੜੇ ਬੰਦੇ ਟੁਰ ਗਏ ਨੇ ਉਹਨਾਂ ਵਾਪਸ ਆ ਜਾਣਾ ਇਹ ਮੇਰਾ ਯਕੀਨ ਹੈ ਤੇ ਗੁਜ਼ਾਰਿਸ਼ ਕਰਾਂਗਾ ਅਦਬਨ ਮੋਹਤਰਮ ਜਨਾਬ ਆਸਿਫ ਅਲੀ ਚਿਸ਼ਤੀ ਸਾਹਿਬ ਸਾਰੇ ਦੋਸਤਾਂ ਨੇ ਮੁਹੱਬਤ ਨਾਲ ਤੁਸੀਂ ਸਮਾਤ ਕਰਨਾ ਹੈ ਸਾਰੇ ਦੋਸਤ ਮੁਹੱਬਤ ਵਾਲੇ ਬੈਠੇ ਹੋ ਔਰ ਸਾਰੇ ਨਾਥ ਖਾਨ ਤੁਸੀਂ ਮੁਹੱਬਤ ਨਾਲ ਸੁਣੇ ਨੇ ਆਖਰੀ ਨਾਥ ਖਾਨ ਨੇ ਔਰ ਯਕੀਨਨ ਮੇਰਾ ਦਿਲ ਮੰਨਦਾ ਕਿ ਇਹਨਾਂ ਦੀ ਤਬੀਅਤ ਲੱਗ ਗਈ ਤੇ ਜਿਹੜੇ ਬੰਦੇ ਚਲੇ ਗਏ ਨੇ ਯਕੀਨ ਕਰੋ ਨਾ ਵਾਪਸ ਆ ਜਾਣਾ ਮੁਹੱਤਰਮ ਜਨਾਬ ਆਸਿਫ ਅਲੀ ਚਿਸ਼ਤੀ ਸਾਹਿਬ